ਸੋ ਤੁਸੀਂ ਗੱਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਹਾਂ 21 ਤੋਂ ਲੈ ਕੇ ਅੱਜ 25 ਜੁਲਾਈ ਇਹਨਾਂ 5 ਦਿਨਾਂ ਦੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਅਨੁਮਾਨ ਅਧਾਰਤ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਕਿ ਇਹਨਾਂ ਦਿਨਾਂ ਪੰਜ ਵਿੱਚ ਕੀ ਕੀ ਮੌਸਮ ਦੀ ਹਲਚਲ ਦੇਖਣ ਨੂੰ ਮਿਲ ਸਕਦੇ ਹੈ ਕਦੋਂ ਮੀਂਹ ਦੇ ਅਸਰ ਵੱਡ ਸਕਦੇ ਨੇ ਬਾਕੀ ਜਿਹੜੀ ਮੈਂ ਵੀ ਅਗਲੇ ਦਿਨਾਂ ਵਿੱਚ ਲਗਾਤਾਰ ਆਪ ਨਵੀਂ ਅਪਡੇਟ ਆਵੇਗੀ ਉਹ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ 5 ਦਿਨ ਦਾ ਅਪਡੇਟ ਦੇਣ ਦਾ ਮਤਲਬ ਹੈ ਤਾਂ ਜੋ ਤੁਹਾਨੂੰ ਇੱਕ ਅਨੁਮਾਨ ਮਿਲ ਸਕੇ ਵੀ ਮੌਸਮ ਕਿਵੇਂ ਦਾ ਰਹਿਣ ਪਹਿਲਾ 21 ਜੁਲਾਈ ਨੂੰ ਪੰਜਾਬ ਦਾ ਜਿਹੜਾ ਪੱਛਮੀ ਖੇਤਰ ਹੈ ਉਹ ਪ੍ਰਭਾਵਿਤ ਹੁੰਦਾ ਹੋਇਆ ਦੇਖਣ ਨੂੰ ਮਿਲੂਗਾ ਆਪਣੇ ਫਾਜ਼ਿਲਕਾ ਤੋਂ ਲੈ ਕੇ ਮੁਕਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਤੋਂ ਲੈ ਕੇ ਤਰਨਤਾਰਨ ਅੰਮ੍ਰਿਤਸਰ ਆਪਣੇ ਗੁਰਦਾਸਪੁਰ ਦੇ ਇਲਾਕੇ ਤੇ ਕੁਝ ਭਾਗ ਜਲੰਧਰ ਕਪੂਰਥਲਾ ਦੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਅੱਜ 21 ਤਰੀਕ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਸਵੇਰ ਦੇ ਸਮੇਂ ਤੋਂ ਹੀ ਫਾਜ਼ਿਲਕਾ ਮੁਕਸਰ ਸਾਹਿਬ ਹੋ ਗਿਆ ਆਪਣਾ ਫਰੀਦਕੋਟ ਫਿਰੋਜ਼ਪੁਰ ਕੁਝ ਭਾਗ ਅੰਮ੍ਰਿਤਸਰ ਦੇ ਹੋ ਗਿਆ ਤਰਨਤਾਰਨ ਸਾਹਿਬ ਦੇ ਇਲਾਕੇ ਗੁਰਦਾਸਪੁਰ ਦੇ ਇਨ੍ਹਾਂ ਹਿੱਸਿਆਂ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਹੀ ਮੌ ਤੇ ਉਸ ਤੋਂ ਬਾਅਦ ਅਗਲੇ ਘੰਟਿਆਂ ਦੇ ਵਿੱਚ ਜਿਹੜਾ ਬਾਕੀ ਪੱਛਮੀ ਇਲਾਕੇ ਹੋਣਗੇ ਪੰਜਾਬ ਦਾ ਦੱਖਣ ਪੱਛਮੀ ਹਿੱਸੇ ਹੋਗੇ ਕੁਝ ਹਰਿਆਣਾ ਦੇ ਹਿੱਸੇ ਹੋਗੇ ਨਾਲ ਲੱਗਦੇ ਇਨ੍ਹਾਂ ਹਿੱਸਿਆਂ ਵਿੱਚ ਵੀ ਅਜ ਮੀਂਹ ਦੇ ਅਸਰ ਬਣੇ ਹੋਏ ਨੇ ਤੇ ਕੱਲ 22 ਜੁਲਾਈ ਤੋਂ ਫਿਰ ਮੀਂਹ ਦੀਆਂ ਗਤੀਵਿਧੀਆਂ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ ਮੌਨਸੂਨ ਥੋੜਾ ਜਿਹਾ ਐਕਟਿਵ ਹੋਵੇਗੀ ਤੇ ਇਸ ਦੇ ਚੱਲਦੇ 22 ਅਤੇ 23 ਜੁਲਾਈ ਦੇ ਅਗਲੇ 2-3 ਦਿਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਲਗਭਗ ਅੱਧੇ ਤੋਂ ਜ਼ਿਆਦਾ ਹਿੱਸਿਆਂ ਦੇ ਵਿੱਚ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਕਈ ਹਿੱਸਿਆਂ ਵਿੱਚ ਦਰਮਿਆਨੇ ਤੋਂ ਵੀ ਥੋੜੀ ਜਿਹੀ ਜ਼ਿਆਦਾ ਬਰਸਾਤ ਹੋਣ ਦੇ ਚਾਂਸ ਨੇ ਇਹਦੇ ਵਿੱਚ ਜਿਹੜਾ ਪੰਜਾਬ ਦਾ ਦੱਖਣ ਪੱਛਮੀ ਹਿੱਸਾ ਹਰਿਆਣਾ ਰਾਜਸਥਾਨ ਦੇ ਲਾਗੇ ਦੇ ਇਲਾਕੇ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਬਰਸਾਤ ਦੇ ਚਾਂਸ ਨੇ ਤੇ ਉੱਥੇ ਮਾਝੇ ਦਾ ਖੇਤਰ ਨਾਲ ਲੱਗਦੇ ਭਾਗ ਦੁਆਬੇ ਦੇ ਤੇ ਪੂਰਬੀ ਖੇਤਰ ਮਾਲਵੇ ਦੇ ਸੋ ਇਨ੍ਹਾਂ ਇਲਾਕਿਆਂ ਦੇ ਵਿੱਚ ਦਰਮਿਆਨੇ ਥੋੜੀ ਥੋੜੀ ਜਿਹੀ ਜ਼ਿਆਦਾ ਬਰਸਾਤ ਆਪਾਂ ਨੂੰ 22 23 ਜੁਲਾਈ ਦੇ ਦਰਮਿਆਨ ਦੇਖਣ ਨੂੰ ਮਿਲ ਸਕਦੀ ਹੈ ਜਾਨਕਿ 22 ਜੁਲਾਈ ਤੋਂ ਲੈ ਕੇ ਅਗਲੇ 2 ਕੁ ਦਿ ਬਾਕੀ ਸਹੀ ਐਕੂਰੇਟ ਜ਼ਿਲ੍ਹਿਆਂ ਦੇ ਹਿਸਾਬ ਨਾਲ ਅਪਡੇਟ ਹੈ ਜਿਹੜੀ ਆਪਾਂ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂ ਕਿਉਂਕਿ ਇਹਨਾਂ ਦਿਨਾਂ ਵਿੱਚ ਮੌਸਮ ਦੇ ਵਿੱਚ ਜਿਹੜਾ ਬਦਲਾ ਬਹੁਤ ਛੇਤੀ ਆਉਂਦਾ ਹੈ ਮੀਂਹ ਦੇ ਹਾਲਾਤ ਬਹੁਤ ਛੇਤੀ ਵਾਧੇ ਘਟਦੇ ਨੇ ਸੋ ਲਗਾਤਾਰ ਆਪਾਂ ਡੇਲੀ ਅਪਡੇਟ ਹੈਗੀ ਤੁਹਾਨੂੰ ਇਸ ਪਹੁੰਚਦੀ ਕਰਦੇ ਰਹਾਂਗੇ ਤੇ ਇਸ ਤੋਂ ਬਾਅਦ ਗੱਲ ਕਰੀਏ ਆਪਾਂ 24-25 ਜੁਲਾਈ ਨੂੰ ਵੀ ਪੰਜਾਬ ਦੇ ਵਿੱਚ ਥੋੜਾ ਬਹੁਤ ਮੀਂਹ ਦੇ ਅਸਰ ਬਣੇ ਰਹਣਗੇ ਪਰ ਥੋੜੇ ਜਿ ਘਟ ਜਾਣਗੇ ਫਿਰ ਵੀ ਪੈਚੀ ਰੂਪ ਵਿੱਚ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਥੋੜੀ ਬਹੁਤ ਕਿਣਮਣ ਜਾਂ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਸੋ ਇਸ ਤਰ੍ਹਾਂ ਆਪਾਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ 21 ਤੋਂ 25 ਦਰਮਿਆਨ ਜਿਹੜਾ ਮੌਨਸੂਨ ਦਾ ਦੂਜਾ ਸਪੈਲ ਹੈ ਉਹ ਲੱਗ ਸਕਦਾ ਹੈ ਜਿਦੇ ਵਿੱਚ ਕਾਫੀ ਜ਼ਿਆਦਾ ਖੇਤਰ ਇੱਕੋ ਸਮੇਂ ਪ੍ਰਭਾਵਿਤ ਹੋਣ ਦੇ ਅਸਰ ਨੇ ਬਾਕੀ ਜਿਵੇਂ ਕਿ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਛੋਟੇ-ਮੋਟੇ ਪੈਚੀ ਰੂਪ ਵਿੱਚ ਬਰਸ ਲੱਗਿਆ ਹੈ ਜਿਹਦੇ ਚੱਲਦੇ ਜ਼ਿਆਦਾ ਖੇਤਰਾ ਵਿੱਚ ਕੁਝ ਸਮੇਂ ਬਰਸਾਤ ਹੋਵੇ ਤਾਂ ਉਹ ਜਿਹੜਾ ਮੌਨਸੂਨ ਹੈ ਨੂੰ ਆਪਾਂ ਦੂਜਾ ਸਪੈਲ ਕਹਿ ਸਕਦੇ ਹਾਂ ਜਿਹੜਾ ਕਿ 22-23 ਜੁਲਾਈ ਦੇ ਆਸ-ਪਾਸ ਦੇਖਣ ਨੂੰ ਮਿਲੂਗਾ ਹੋ ਸਕਦਾ ਹੈ ਕਿ 21 ਜੁਲਾਈ ਅੱਜ ਰਾਤ ਅੱਧੀ ਰਾਤ ਦੇ ਆਸ-ਪਾਸ ਤੋਂ ਵੀ ਮੌਸਮ ਥੋੜਾ ਜਿਹਾ ਐਕਟਿਵ ਹੋ ਸਕਦਾ ਹੈ ਜਿਹਦੇ ਚੱਲਦੇ ਮੌਸਮ ਵਿੱਚ ਮੀਂਹ ਦੇ ਹੱਦ ਗਤੀਵਿਧੀਆਂ ਆਪਾਂ ਨੂੰ ਪੰਜਾਬ ਵਿੱਚ ਦੇਖਣ ਨੂੰ ਮਿਲਣ ਲੱਗੀਆਂ ਬਾਕੀ ਟੈਂਪਰੇਚਰ ਦੇ ਵਿੱਚ ਥੋੜੀ ਜਿਹੀ ਘਰਾਵਟ ਆਵੇਗੀ 2-3 ਡਿਗਰੀ ਦੀ ਗਰਮੀ ਹਮਸ ਤੋਂ ਥੋੜੀ ਜਿਹੀ ਰਾਹਤ ਬਰਸਾਤ ਤੇ ਜਿਹੜੇ ਇਲਾਕਿਆਂ ਵਿੱਚ ਹੋਵੇਗੀ ਉਹਨਾਂ ਵਿੱਚ ਮਿਲੇਗੀ ਬਾਕੀ ਟੈਂਪਰੇਚਰ ਆ ਜਿਹੜਾ ਫਿਲਹਾਲ ਦਿੰਦਾ 35 ਡਿਗਰੀ ਦੇ ਆਸ-ਪਾਸ ਰਹੇਗਾ 32-35 ਡਿਗਰੀ ਦੇ ਆਸ-ਪਾਸ ਹਵਾਵਾਂ ਜ਼ਿਆਦਾਤਰ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਤੇ ਜੇ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲਦੀ ਆ ਉਹ ਤੁਹਾਡੇ ਤੱਕ ਸਾਂਝੀ ਕਰਨ ਲਈ ਹਾਜ਼ਰ ਸਮੇਂ-ਸਮੇਂ ਤੇ ਹੁੰਦੇ ਰਹਿਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ